कि साडे पिंड दे तीन नौजवान उत्थे टिकरी बैठे आ ना 3000 बूटा लाना टिकरी बाजू ते फिर जदों बूटे लगे ना उहने दरात अपने लोकां ने लाते बार्डरां ते पक्के उत्थे घर बना रहे निशानियां बन गईयां अपने लोकां दीयां जदों अपने आउण वालियां पुस्तां 20-50 साल बाद जाया करनगीयां दिल्ली ਤਾਂ ਕਿਹਾ ਕਰਨਾ ਕਿ ਸਾਡੇ ਪੁਰਖਿਆਂ ਦੀਆਂ ਨਿਸ਼ਾਨੀਆਂ ਨੇ ਸਾਡੇ ਪੁਰਖਿਆਂ ਨੇ ਕਦੇ ਇੱਥੇ ਝੰਡੇ ਗੱਡੇ ਸੀ ਆ ਸਾਡੇ ਪੁਰਖਿਆਂ ਨੇ ਮੋਰਚਾ ਲਾਇਆ ਸੀ ਉਹ ਸ਼ਾਮਿਲ ਹੋਣਾ ਹਰ ਬੰਦੇ ਦਾ ਇਤਿਹਾਸ ਦੇ ਵਿੱਚ ਨਾਂ ਦਰਜ ਹੋਣਾ ਕਿਹੜੇ ਕਿਹੜੇ ਹਰ ਬੰਦਾ ਘੱਟੋ ਘੱਟ ਮਰਨ ਲੱਗਾ ਤਾਂ ਫਖਰ ਮਹਿਸੂਸ ਕਰੂ ਕਿ ਐਡਾ ਵੱਡਾ ਜੰਗ ਲੜ ਰਹੇ ਸੀ ਅਸੀਂ ਆਪਣੀ ਹੋਂਦ ਦਾ ਤੇ ਮੈਂ ਉਸ ਜੰਗ ਦਾ ਹਿੱਸਾ ਸੀ ਘੱਟੋ ਘੱਟ ਇੰਨੇ ਬੰਦੇ ਨੂੰ ਮਾਣ ਮਹਿਸੂਸ ਹੋਣਾ ਹੁਣ ਹੱਥ ਖੜੇ ਕਰੋ ਨੌਜਵਾਨੋ ਵੀ ਤਿਆਰ ਹੋ ਕਮੇਟੀਆਂ ਬਣਾ ਕੇ ਜਾਣ ਨੂੰ ਬਈ ਟੀਮਾਂ ਬਣਾ ਕੇ ਹਫ਼ਤੇ ਬਾਅਦ ਲੱਖ ਰੁਪਇਆ ਮੇਰੇ ਸਿਰ ਤੇ ਨਾਮ ਆ ਮੈਨੂੰ ਪਤਾ ਜਿੱਦੇ ਮੈਨੂੰ ਫੜ ਲਿਆ ਮੇਰੇ ਕਟਾਪਾ ਵੀ ਹੋਣਾ ਛੱਦਰ ਵੀ ਹੋਣਾ ਤੇ ਮੈਨੂੰ ਨਿਕਲਣ ਵੀ ਨਹੀਂ ਦੇਣਾ ਇਹ ਮੈਨੂੰ ਵੀ ਪਤਾ ਪਰ ਮੈਂ ਉਹ ਕੱਪੜ ਬੰਨ ਕੇ ਚੱਲਿਆ ਹੋਇਆ ਵੀ ਕੋਈ ਵੀ ਪਰਵਾਹ ਨਹੀਂ ਆ ਚਾਰ ਦੀ ਚਾਹੇ 4000 ਪਰਚਾ ਦੇ ਦਿਓ ਤੇ ਮੈਂ 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 ਕਾਹਦੇ ਲਈ ਤੁਰੇ ਹੋਇਆ मैं पूरे पंजाब च क्यों जाना इसे डर की यार नहीं ये पंजाब का होने का मसला विरासत ने ना जेडिया विरासत जो बन दया ने सभ्यता बन दया ने सदियां लग दया ने सैकड़े साल लग जाते ने खून जुड़ता सिर लगते ने कुर्बानियां होंदिया ने फिर विरासत खड़िया होंदिया ने फिर सभ्यता खड़िया होंदिया ने साडी विरासत भी ऐ पैदा हुई ऐ तैयार हुई अज अगला भी उजाड़ उत्ते लग्या होया चुप करके घर बैठे मेरे च फर्क इन है कि मैनू चिणगा चिंगाड़ी है अंदरे दर्द है कि नहीं यार साडिया अखां दे सामने असीं अपने मरदे पंजाब नूं नहीं देख सकते जिंदगी किन्नी होंदी है भाई आपां सारे जाणदे हर बंदे ने मर जाणा एक बार ही आउणा इत्थे चाहे मखमल दे गद्दियां दे उत्ते जिंदगी गुजार दिओ चंगीआं गड्डियां दे घुम के जिंदगी गुजार दिओ वधिया घरां च मैं पी लिया भाई जिंदगी गुजार दिओ जिंदगी होंगी जी लोगों के लेखे लगे आपकी कौम के लेखे लगे अपनी धरती मां के लेखे लगे लगता ना कि सरकार मनती नहीं एक भुलेखा सरकार मनी खड़ी और सोडा जोर तान देख रही है कि अखीर के उत्ते जो बंदा आप देख ना लास्ट खिंचदियां दो टीम रस्सा कसी के जो अखीर के उत्ते जोर मार खिंच के ला जाते हैं दोनों तरह हंबिया खड़िया होंगे हंबिया खड़िया जो बंदा अखीर का जोर मार जित जाता है ਹੁਣ ਦੋਨੇ ਤਰ੍ਹਾਂ ਮੈਨੂੰ ਲੱਗਦਾ ਹਾਂ ਭੁਦੀਆਂ ਹੁਣ ਅਖੀਰ ਦਾ ਜੋਰ ਜਿਹੜਾ ਮਾਰ ਕੇ ਜਿੱਤੂਗਾ ਹੁਣ ਆਪਾਂ ਜੋਰ ਮਾਰਨਾ ਇਹ ਮੌਕਾ ਭਾਸੋਂ ਜਾਣ ਨਹੀਂ ਦੇ ਚਿੰਤਾ ਦਾ ਵਿਸ਼ਾ ਕਿ ਸਾਡਾ ਪਾਣੀ ਮੁੱਕ ਰਿਹਾ ਆ ਜਿੰਨਾ ਪਿਛਲੇ 20 ਦਿਨਾਂ ਚ ਆਪਾਂ ਪਾਣੀ ਕੱਢ ਲਿਆ ਨਾ ਬੋਰਾ ਰਾਹੀਂ ਕਹਿੰਦੇ ਇੱਕ ਲੁਧਿਆਣੇ ਜ਼ਿਲ੍ਹੇ ਨੂੰ 40 ਸਾਲ ਇਹਦਾ ਪਾਣੀ ਬਚਾ ਸਕਦਾ 40 ਸਾਲ ਤੱਕ ਲੁਧਿਆਣਾ ਜ਼ਿਲ੍ਹਾ ਪਾਣੀ ਵਰਤ ਸਕਦਾ ਜਿੰਨਾ ਆਪਾਂ 20 ਦਿਨਾਂ ਚ ਕੱਢ ਲਿਆ 25 ਲੱਖ ਬੋਰ ਚੱਲਦਾ ਪੰਜਾਬ ਚ ਆਪਾਂ ਕਹਿੰਦੇ ਰਾਜਸਥਾਨ ਉੱਥੇ ਟਿੱਬੇ ਹੈ ਰੇਗਿਸਤਾਨ ਬਣਿਆ ਹੋਇਆ ਉੱਥੇ ਲੋਕਾਂ ਨੂੰ ਨਹਾਉਣ ਵਾਲਾ ਪਾਣੀ ਨਹੀਂ ਮਿਲਦਾ ਆਪਾਂ ਨੂੰ ਪੀਣ ਵਾਲਾ ਨਹੀਂ ਮਿਲਣਾ ਨਲਕੇ ਬਜ਼ੁਰਗਾਂ ਨੇ ਦੇਖੇ ਆ ਐ ਪਰਦੇ ਮੜਾ ਥਾਂ ਤੇ ਪਾਣੀ ਨਿਕਲਿਆ ਵਾ ਉਹ ਬਜ਼ੁਰਗਾਂ ਨੇ ਦੇਖਿਆ 100 ਫੁੱਟ ਆਪਾਂ 200 ਆਪਾਂ 300 500 ਆ ਕਲਿਆਣ ਪਿੰਡ ਥੋੜੇ ਦਿਨ ਹੋ ਗਏ 700 ਫੁੱਟ ਦੇ ਕਿਸੇ ਨੇ ਬੋਰ ਕੀਤਾ ਲੋਕ ਪੰਜਾਬ ਤਾਂ ਇਹ ਬਨਸਪਤੀ ਇਹ ਉਹਦੇ ਦੇ ਕਾਦਰ ਆ ਇਹ ਜਿਹੜਾ ਇਹ ਸ੍ਰਿਸ਼ਟੀ ਹੈ ਜਿਉਂਦੀ ਰਹਿ ਸਕਦੀ ਹੈ ਪਰ ਉਹਦੇ ਬਾਰੇ ਅਸੀਂ ਕਦੇ ਗੌਰ ਨਹੀਂ ਕੀਤੀ ਇਹ ਆ ਦੱਸ ਖੁਸ਼ੀ ਤੁਹਾਨੂੰ ਬਾਹਰ ਨੂੰ ਭਜਾ ਕੇ ਦੱਸ ਤੁਸੀਂ ਕਰਨੀ ਹੈ ਤੁਹਾਡਾ ਪਾਣੀ ਜੋ ਪਾਣੀ ਮੁੱਕ ਗਿਆ ਆਪਾਂ ਖਤਮ ਹੈ ਗੱਲ ਕਹਾਣੀ ਖਤਮ ਹੈ ਪਰ ਬੰਦਾ ਥੋੜੀ ਕੋਈ ਜਾਂਦਾ ਰਹੂਗਾ ਆਪਾਂ ਆਪੀ ਛੱਡ ਕੇ ਭੱਜਾਂਗੇ ਇੱਥੋਂ ਕੋਈ ਕਿੱਧਰ ਨੂੰ ਲੰਘ ਗਿਆ ਕਿੱਧਰ ਨੂੰ ਲੰਘ ਗਿਆ ਅੱਗੇ ਆ ਜਾਓ ਅੱਗੇ ਆ ਗਿਆ ਆਪਾਂ ਚਿੱਟੇ ਦੀ ਗੱਲ ਕਰ ਲੈਂਦੇ ਹਾਂ ਚਿੱਟਾ ਕੋਈ ਆਮ ਵਰਤਾਰਾ ਥੋੜੀ ਹੈ ਇੱਕ ਇੱਕ ਪੂਰ ਇੱਕ ਦੌਰ ਦੇ ਵਿੱਚ ਸਾਡਾ ਇੱਕ ਪੂਰ ਇਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਤਾ अगला दौर साडा अगला खून साडी जवानी चक्किया दे राह तोरती गैंगवार गैंगस्टर कह के झूठे मुकाबले तो मारता अगला साडा एक जवानी जिहड़ी अगली साडी सीगी ओह बाहरले मुल्कां नूं भज गई हो गई ना तुसीं लोड़ ही नहीं पई अगले नूं